ਚਿੱਟੀ ਟੀ-ਸ਼ਰਟ 'ਚ ਦਿਖਾਈ ਦੇ ਰਿਹਾ ਇਹ ਨੌਜਵਾਨ ਹੈ ਇੱਕ ਸ਼ਾਤਿਰ ਚੋਰ ਜੋ ਆਪਣੀ ਸਵਿਫਟ ਗੱਡੀ 'ਚ ਆਉਂਦਾ ਹੈ ਅਤੇ 14,000 ਦੀ ਸਾਈਕਲ ਲੈ ਕੇ ਰਫੂ ਚੱਕਰ ਹੋ ਜਾਂਦਾ ਹੈ। ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਪਹਿਲਾਂ ਇਹ ਵਿਅਕਤੀ ਸਾਈਕਲ ਵੇਖਦਾ ਹੈ, ਬਾਅਦ ਦੇ ਵਿੱਚ ਇੱਕ ਸਾਈਕਲ ਇਸਨੂੰ ਪਸੰਦ ਵੀ ਆ ਜਾਂਦੀ ਹੈ ਅਤੇ ਉਸਨੂੰ ਆਪਣੀ ਗੱਡੀ ਦੇ ਵਿੱਚ ਰਖਵਾ ਲੈਂਦਾ ਅਤੇ ਜਦੋਂ ਦੁਕਾਨ ਮਾਲਕ ਇਸ ਨੌਜਵਾਨ ਨੂੰ ਬਿੱਲ ਕਟਾਉਣ ਲਈ ਬੋਲਦਾ ਤਾਂ ਲਾਰੇ ਲਗਾਉਂਦਾ ਅਤੇ ਬਾਅਦ ਦੇ ਵਿੱਚ ਝੂਠਾ ਪੇਟੀਐਮ ਦਿਖਾਉਂਦਾ ਅਤੇ ਜਦੋਂ ਦੁਕਾਨ ਮਾਲਕ ਕੋਲ ਪੇਟੀਐਮ ਜ਼ਰੀਏ ਪੇਮੈਂਟ ਨਹੀਂ ਆਉਂਦੀ ਤਾਂ ਇਸ ਨੌਜਵਾਨ ਨੂੰ ਰੋਕਣ ਦੀ ਕੋਸ਼ਿਸ਼ ਕਰਦਾ। ਪਰ ਇਹ ਨੌਜਵਾਨ ਦੁਕਾਨ ਮਾਲਕ ਦੀ ਗੱਲ ਸੁਣੇ ਬਿਨਾਂ ਹੀ ਗੱਡੀ ਨੂੰ ਫੁੱਲ ਸਪੀਡਾਂ ਤੇ ਭਜਾ ਕੇ ਲੈ ਜਾਂਦਾ ਹੈ। ਇਸ ਸਾਰੀ ਘਟਨਾ ਤੋਂ ਬਾਅਦ ਦੁਕਾਨ ਮਾਲਕ ਅਨੂਪ ਮਹਾਜਨ ਨੇ ਸਾਰੀ ਘਟਨਾ ਨੂੰ ਵਿਸਥਾਰ ਨਾਲ ਦੱਸਦੇ ਹੋਏ ਪੁਲਿਸ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਚੋਰ ਦੀ ਭਾਲ ਜਲਦੀ ਤੋਂ ਜਲਦੀ ਕੀਤੀ ਜਾਵੇ। 21 ਤਰੀਕ ਨੂੰ ਮੇਰੇ ਕੋਲ ਅਣਪਛਾਤਾ ਬੰਦਾ ਆਇਆ ਸੀ, ਸਾਈਕਲ ਲੈ ਕੇ ਗਿਆ। ਸਾਈਕਲ ਉਹਨੇ ਪਸੰਦ ਕੀਤਾ, ਲਿਆ ਅਤੇ ਸਾਈਕਲ ਅਸੀਂ ਫਿਟਿੰਗ ਕਰਵਾ ਦਿੱਤਾ। ਫਿਟਿੰਗ ਕਰਵਾ ਕੇ ਅਤੇ ਉਹਨੂੰ ਜਿੰਨੀ ਵਾਰੀ ਕਹੋ ਨਾ ਕਿ ਭਾਅ ਜੀ ਅਜੋ ਬਿੱਲ ਕਟਵਾ ਲਓ, ਅਤੇ ਉਹ ਭਾਅ ਜੀ ਕੰਨ ਨੂੰ ਫੋਨ ਲਗਾਉਂਦਾ ਸੀ ਅਤੇ ਸਾਈਡ 'ਤੇ ਹੋ ਜਾਂਦੇ। ਅਤੇ ਅਸੀਂ ਉਹਨੂੰ ਘੱਟੋ ਘੱਟ ਨਹੀਂ ਅਤੇ 7-8 ਵਾਰੀ ਮੈਂ ਗਿਆ, ਮੈਂ ਕਿਹਾ ਭਾਅ ਜੀ ਬਿੱਲ ਕਟਾ ਲਓ ਕਿ ਮੈਂ ਇਕੱਲਾ ਹੀ ਦੁਕਾਨ 'ਤੇ, ਮੈਨੂੰ ਆਏ ਕਦੇ ਹੋਰ ਕਸਟਮਰ ਨਾ ਆਏ ਅਤੇ ਮੈਂ ਉਹ ਦੂਜੇ ਪਾਸੇ ਚੱਲ ਜਾਂ। ਅਤੇ ਮੈਂ ਉਹਨੂੰ ਕਿੰਨੀ ਵਾਰੀ ਗਿਆ, ਉਹ ਜਦੋਂ ਬਿੱਲ ਵੱਲੋਂ ਕਹਿਣਾ ਉਹਨੇ ਸਾਈਡ 'ਤੇ ਹੋ ਕੇ ਕੰਨ ਨੂੰ ਫੋਨ ਲਗਾ ਲੈਣਾ। ਅਤੇ ਜਦੋਂ ਸਾਈਕਲ ਫਿਟਿੰਗ ਹੋ ਗਿਆ ਉੱਧਰੋਂ ਮੇਰੇ ਕੋਲ ਗਾਹਕ ਆ ਗਏ ਦੋ ਕੁ, ਅਤੇ ਮੈਂ ਉੱਧਰਲੀ ਸਾਈਡ, ਮੈਨੂੰ ਕਹਿੰਦਾ ਭਾਅ ਜੀ ਆਜੋ ਗੱਡੀ 'ਚ ਸਾਈਕਲ ਰਖਵਾ ਦਿਓ। ਅਤੇ ਮੈਂ ਬੰਦਿਆਂ ਨੂੰ ਕਿਹਾ ਮੈਂ ਗੱਡੀ 'ਚ ਸਾਈਕਲ ਰਖਵਾ ਕੇ ਅਤੇ ਆਇਓ, ਮੈਂ ਨਾਲ ਹੋ ਕੇ ਗਾਹਕ ਛੱਡ ਕੇ ਅਤੇ ਮੈਂ ਨਾਲ ਹੋ ਕੇ ਸਾਈਕਲ ਰਖਵਾਇਆ। ਅਤੇ ਮੈਂ ਉਹਨੂੰ ਕਿਹਾ ਮੈਂ ਭਾਅ ਜੀ ਬਿੱਲ ਕਟਾ ਲਓ, ਮੇਰੇ ਕੋਲ ਅੰਦਰ ਕਸਟਮਰ ਹੀ। ਅਤੇ ਮੈਨੂੰ ਆਣ ਕੇ ਨਾ ਉਹਨੇ ਪੇਟੀਐਮ ਕੀਤੀ ਕਿ ਇਹ ਭਾਅ ਜੀ ਹੋ ਗਈ ਹੈ, ਅਤੇ ਪੇਟੀਐਮ ਕਰਕੇ ਅਤੇ ਨਾਲੇ ਮੈਂ ਜਦੋਂ ਚੈੱਕ ਕੀਤਾ ਪੇਟੀਐਮ ਆਈ ਨਹੀਂ। ਅਤੇ ਮੈਂ ਉਹਦੇ ਮਗਰ ਉਹਨੂੰ ਆਵਾਜ਼ਾਂ ਮਾਰੀਆਂ, ਮੈਂ ਭਾਅ ਜੀ ਭਾਅ ਜੀ ਗੱਲ ਸੁਣੋ, ਉਹਨੇ ਗੱਡੀ ਲੈ ਕੇ ਅਤੇ ਗੱਡੀ ਦੌੜਾਈ, ਪਤਾ ਨਹੀਂ ਲੱਗਣ ਦਿੱਤਾ ਕਿੱਧਰਲੇ ਪਾਸੇ ਗਿਆ ਜੀ। ਮੇਰੇ ਕੋਲ ਗਾਹਕ ਸੀ, ਗਾਹਕ ਆਪਣਾ ਮੋਟਰਸਾਈਕਲ ਨਾਲ ਲੈ ਕੇ, ਅਤੇ ਮੇਰੇ ਕੋਲ ਉਸ ਵੇਲੇ ਮੈਂ ਦੁਕਾਨ 'ਤੇ ਇਕੱਲਾ ਸੀ, ਅਤੇ ਗਾਹਕ ਮੇਰੇ ਨਾਲ ਗਿਆ ਮੋਟਰਸਾਈਕਲ ਲੈ ਕੇ, ਅਤੇ ਕਿਉਂਕਿ ਮੇਰਾ ਅਤੇ ਉਹਦਾ ਫਰਕ ਪਿਆ 2 ਮਿੰਟ ਦਾ, 2 ਮਿੰਟ ਵਿੱਚ ਉਹ ਜਹਾਜ਼ ਚੌਂਕ ਤੋਂ ਕਿਸ ਸਾਈਡ 'ਤੇ ਗਿਆ ਸਾਨੂੰ ਪਤਾ ਨਹੀਂ ਲੱਗਿਆ ਜੀ। ਸਾਈਕਲ ਹੈਗਾ ਜੀ 14,500 ਦੇ। ਕਿਸ ਤਰੀਕ ਦੀ ਗੱਲ ਹੈ ਇਹ? 21 ਤਰੀਕ ਦੀ, ਮਾਰਚ 21 ਦੀ। ਕੰਪਲੇਂਟ ਕੀਤੀ ਸੀ ਪੁਲਿਸ? ਹਾਂਜੀ ਹਾਂਜੀ। ਕੀ ਕਾਰਵਾਈ? ਕਾਰਵਾਈ ਹਜੇ ਨਹੀਂ। ਤਲਵਾਇਆ ਕੋਈ ਪੁੰਜਿਆ? ਕੋਈ ਨਹੀਂ 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 ਕੋਈ ਪੁੰਜਿਆ ਨਹੀਂ ਨਹੀਂ। ਤੁਹਾਡੇ ਕੋਲ ਸੀਸੀ ਕਾਰਡਿੰਗ ਸਾਰੀ ਆ ਗਈ? ਹਾਂਜੀ ਹਾਂਜੀ ਰਿਕਾਰਡਿੰਗ ਸਾਰੀ। ਹਾਂਜੀ ਕੀ ਮੰਗ ਕਰਦੇ ਹੋ? ਮੰਗ ਇਹੀ ਆ ਜੀ ਕਿ ਬੰਦਾ ਫੜੋਏ ਅਤੇ ਸਾਨੂੰ ਸਾਡੇ ਸਾਈਕਲ ਦੇ ਪੈਸੇ ਮਿਲ ਜਾਣ, ਅਤੇ ਬਾਕੀ ਦੁਕਾਨਦਾਰ ਵੀ ਥੋੜ੍ਹੇ ਸਤਰਕ ਰਹੋ ਕਿ ਇਹੋ ਜਿਹੇ ਬੰਦੇ ਰਸ਼ ਦਾ ਹੀ ਫਾਇਦਾ ਚੁੱਕਦੇ ਆ, ਕਿਉਂਕਿ ਮਿਹਨਤ ਦੀ ਕਮਾਈ ਆ, ਇੱਦਾਂ ਚੱਲ ਜਾਓ ਕੋਈ ਫਾਇਦਾ ਨਹੀਂ ਹੈਗਾ ਜੀ। ਮਿਹਨਤ ਦਾ ਰੁਪਈਆ ਵੀ ਬੜਾ ਹੁੰਦਾ।